मनीला तो एक होर पंजाबी नौजवान के कतल कर देने की खबर सामने आई है। जिला मोगा के पिंड पाखरवाद नाल संबंधित सबका कबड्डी खिडारी गुरप्रीत सिंह की मनीला दे विच गोलियां मार के हत्या कर दी गई है। गुरप्रीत सिंह 3 साल पहला ही मनीला कारोबार के संबंध में गया सी। रात नूं टीवी ते कबड्डी का मैच देख के सोया सी, पर उन्हूं सुते हुए नूं ही 2 लोगां ने गोलियां मार के मौके ते ही कतल कर दिता। मनीला तो पंजाबी नौजवानों के कतल दीआं खबरां आम सुणनूं मिलदीआं ने। मामला जिला मोगा के पिंड पाखरवाद नाल है, जिथों का नामी कबड्डी खिडारी अते कोच गुरप्रीत सिंह जो कि करीब 3.5 साल पहला कबड्डी नूं छड्ड के मनीला दे विच कारोबार करन लई चला गया अते उत्थे फाइनांस दा कम करदा सी। अते 2 दिन पहला जदों रात दे समय अपने घर विच सुत्ता होया सी तां अणपछाते लोगां ने घर दे विच आ के उस नूं गोलियां मार दित्तियां अते गुरप्रीत दी मौके ते ही मौत हो गई। उत्थे परिवार वालियां दा कहना है कि बहुत चंगा कबड्डी का खिडारी सी अते कबड्डी खिडाउण दे लई बच्चों नूं ट्रेनिंग भी दिंदा सी। इसे दे नाल ही किसी तरह की कोई दुश्मनी नहीं सी। 18 साल पहला उहदा विआह होया सी ते गुरप्रीत सिंह दा एक पुत्तर सी जो कि सारा परिवार मनीला दे विच रह रहा सी। गुरप्रीत सिंह दा अंतिम संस्कार मनीला दे विच कीता जाएगा। उत्थे उसदे जद्दी पिंड दे विच मातम की लहर चल रही है। हर किसी का हिरदा इस घटना नूं सुणन तों बाद वरुंद लिया गया। मृतक की माँ ने दसिया कि कुछ दिन पहला ही उसकी फोन के उत्ते गल हुई सी अते उसने दुख सुख साझा किया सी। ਤੁਹਾਡਾ ਬੇਟਾ ਸੀਗਾ ਜੀ? ਹਾਂਜੀ ਬੇਟਾ। ਤੇ ਕਦੋਂ ਗਿਆ ਸੀ ਉੱਥੇ? ਸਵਾ 3 ਸਾਲ ਹੋ ਗਏ। ਸਵਾ 3 ਸਾਲ ਹੋ ਗਏ। ਹਾਂਜੀ। ਕਬੱਡੀ ਦਾ ਬਹੁਤ ਤਕੜਾ ਪਲੇਅਰ ਖੇਡਦਾ ਜੀ, ਪਹਿਲਾਂ ਵਧੀਆ ਖੇਡਦਾ ਜੀ, ਹੁਣ ਤਾਂ ਛੱਡੀ ਵੀ 5-6 ਸਾਲ ਹੋ ਗਏ। ਛੱਡੀ ਸੀ ਹੁਣ? ਹਾਂ ਛੱਡੀ, ਕੋਚਿੰਗ ਵੀ ਕਰਦੇ ਪਹਿਲਾਂ ਸਭ ਛੱਡਿਆ ਸੀ, ਹੁਣ ਤਾਂ ਕੰਮ ਕਰਨ ਗਿਆ ਸੀ। ਅਤੇ ਉੱਥੇ ਕੀ ਕੰਮ ਕਰਦੇ ਸੀ? ਮਿਹਨਤ ਕਰਨ ਗਿਆ ਸੀ। ਕੋਈ ਕੀ ਕੰਮ ਕੀ ਕਰਦੇ? ਕਾਰੋਬਾਰ ਕੀ? ਕੰਮ ਫੈਂਸ ਦਾ ਜੀ। कोई पता लगा ਕੋਈ ਪਤਾ ਲੱਗਿਆ ਨਾ? ਕਦੋਂ ਗਏ ਸੀ ਮਨੀਲਾ ਜੀ? 3.5 ਸਾਲ ਹੋ ਗਏ ਸੀ। 3.5 ਸਾਲ ਬੜਾ ਕਹਿੰਦੇ ਹੋਣਹਾਰ ਸੀਗਾ ਜੀ, ਔਰ ਕਬੱਡੀ ਦਾ ਬੜਾ ਖਿਡਾਰੀ ਸੀ। ਹਾਂਜੀ ਹਾਂ, ਵਧੀਆ ਖਿਡਾਰੀ ਸੀਗਾ ਜੀ। ਕੋਚਿੰਗ ਵੀ ਦਿੰਦਾ? ਕੋਚਿੰਗ ਵੀ ਦਿੰਦਾ। ਹਾਂਜੀ। ਹੁਣ ਉੱਥੇ ਕੀ ਕੰਮ ਕਰ ਰਿਹਾ ਸੀ? ਉੱਥੇ ਪਾ ਫੈਨਸ ਦਾ ਹੀ ਕੰਮ ਸੀਗਾ ਜੀ। ਅੱਛਾ। ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਫਿਰ? ਤੜਕੇ ਪਤਾ ਲੱਗਿਆ, ਫੋਨ ਆਇਆ ਜਦੋਂ। ਕਿਸੇ ਨਾਲ ਕੋਈ ਰੰਜਿਸ਼ ਨਹੀਂ ਕਿਸੇ ਨਾਲ ਘਰੇ ਹੀ ਆਏ ਜੀ ਉਹ ਘਰੇ ਹੀ ਆਏ ਰਾਤ ਨੂੰ 2-2:30 ਵਜੇ ਸਾਰਾ ਉੱਥੇ ਹੀ ਬੱਚੇ ਕਿੰਨੇ ਜਣੇ ਇੱਕ ਮੁੰਡਾ ਹੀ ਇੱਕ ਬੇਟਾ? ਹਾਂ। ਸ਼ਾਦੀ ਹੋਈ ਨੂੰ ਕਿੰਨੀ ਦੇਰ ਹੋ ਗਈ? 18-19 ਸਾਲ ਹੋ ਗਏ ਹੁੰਦੇ। ਸ਼ਾਦੀ ਹੋਈ ਨੂੰ 19 ਸਾਲ ਹੋ ਗਏ? ਹਾਂਜੀ। ਹੁਣ ਉਹਦਾ ਸੰਸਕਾਰ ਵਗੈਰਾ ਉੱਥੇ ਹੋਏਗਾ ਕਿ? ਉਹ ਨਾ ਉੱਧਰ ਹੀ ਹੋਊਗਾ ਜੀ। ਹੈਗਾ ਜੀ ਅਮਨਦੀਪ ਸਿੰਘ ਆ ਜੀ। ਅਮਨਦੀਪ ਸਿੰਘ, ਗੁਰਪ੍ਰੀਤ ਦਾ ਕੀ ਰਿਸ਼ਤੇਦਾਰੀ ਆਪਣੇ? ਆਪਣੇ ਸਮਝ ਲਓ ਭਰਾ ਸੀਗੇ ਜੀ। ਤੁਹਾਡਾ ਬ੍ਰਦਰ ਸੀ? ਹਾਂਜੀ। ਤੇ ਕਿੱਦਾਂ ਭਾਣਾ ਵਰਤਿਆ ਜੀ ਇਹ? ਭਾਣਾ ਤਾਂ ਜੀ ਹੁਣ ਮਹਾਰਾਜ ਜਾਣਦਾ ਕਿਵੇਂ ਵਾਪਰਿਆ। ਸਾਨੂੰ ਤਾਂ ਬਾਅਦ ਜਦੋਂ ਸੁਬਹਾ ਫੋਨ ਖੋਲਿਆ ਉਦੋਂ ਪਤਾ ਲੱਗਿਆ ਵੀ ਆਹ ਚੱਕਰ ਬਣ ਗਿਆ ਜੀ, ਸਾਡਾ ਬਾਈ ਆ ਦੁਨੀਆਂ 'ਤੇ ਨਹੀਂ ਰਿਹਾ, ਵੀ ਕਿਸੇ ਨੇ ਉਹਦੇ ਗੋਲੀ ਮਾਰ ਕੇ ਕਤਲ ਕਰਤਾ, ਘਰੇ ਪਏ ਦੇ ਜੀ। ਘਰੇ ਸੁੱਤਾ ਹੀ ਪਿਆ ਸੀ? ਹਾਂਜੀ, ਸੁੱਤਾ ਪਿਆ ਸੀਗਾ ਜੀ। ਹੁਣ ਆਹ ਤੁਹਾਨੂੰ ਪਤਾ ਮੈਚ ਚੱਲਦੇ ਹੈ ਨਾ ਫੈਡਰੇਸ਼ਨਾਂ ਦੇ, ਉਹ ਦੇਖ ਕੇ ਬਸ ਪਿਆ ਸੀਗਾ ਜੀ। ਟੀਵੀ ਦੇ ਉੱਤੇ ਮੈਚ ਦੇਖ? ਮੈਚ ਦੇਖਦੇ ਸੀਗੇ। ਹਾਂਜੀ। ਕਦੋਂ ਗਿਆ ਸੀ ਇੱਥੋਂ ਜੀ? 3.25 ਸਾਲ ਹੋ ਗਏ ਜੀ ਉਹਨਾਂ ਨੂੰ। ਆਪਦੇ ਕੰਮ ਧੰਦੇ ਹੈ ਨਾ, ਆਪਾਂ ਜਾਂਦੇ ਇੱਥੇ ਫਿਰ ਤੁਹਾਨੂੰ ਪਤਾ ਕੋਈ ਨਹੀਂ ਬਣਦਾ ਹੈ ਨਾ, ਪਰਿਵਾਰ ਛੱਡ ਕੇ ਗਿਆ। ਮਗਰ ਇਹਨਾਂ ਦੇ ਪਿਤਾ ਜੀ ਆ ਬਾਈ ਦੇ, ਸਾਡੇ ਦੇ, ਠੀਕ ਆ, ਮਾਤਾ ਜੀ ਵੀ ਹੈਗੇ ਆ। ਕਿੱਥੇ ਤਾਂ ਹੁਣ ਇਹਨਾਂ ਨੂੰ ਸੁੱਖ ਸੀਗਾ, ਕਿੱਥੇ ਆ ਪਾਣਾ ਹੁਣ ਸਾਨੂੰ ਮੰਨਣਾ ਪੈ ਰਿਹਾ ਵੀ ਸਾਡਾ ਬਾਈ ਆ ਦੁਨੀਆਂ 'ਤੇ ਨਹੀਂ ਰਿਹਾ ਜੀ। ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਜੀ? ਸਾਨੂੰ ਫੋਨ ਹੀ ਕੀਤਾ ਜੀ ਸੁਬਹਾ ਜੀ। ਫਿਲਹਾਲ ਹਜੇ ਕੋਈ ਸਾਨੂੰ ਇਨਕੁਆਇਰੀ ਨਹੀਂ ਮਿਲੀ ਆ ਚੀਜ਼ ਦੀ ਜੀ। ਕੋਈ ਪਤਾ ਵੀ ਨਹੀਂ ਲੱਗਿਆ ਕੌਣ? ਨਹੀਂ ਕੁਛ ਵੀ ਹਜੇ ਪਤਾ ਨਹੀਂ ਲੱਗਿਆ ਜੀ। ਜਦੋਂ ਹੀ ਪਤਾ ਲੱਗਿਆ ਅਸੀਂ ਮੀਡੀਆ 'ਤੇ ਸਾਹਮਣੇ ਆਵਾਂਗੇ।
ਭਤੀਜਾ ਗਿਆ ਬਈ ਹੁਣ ਜੀ ਤੇ ਇੱਕ ਉਹਦਾ ਭਤੀਜੇ ਦੇ ਉਹਦੇ ਘਰੋਂ ਜੀ ਪੰਜ ਜਾਣੇ ਸੀਗੇ ਫੈਮਿਲੀ ਚ ਤੇ ਇਉਂ ਨਹੀਂ ਲੱਗਦਾ ਜਿਵੇਂ ਜੀ ਆਪਾਂ ਜੇ ਕਹੀਏ ਪਿਛਲੇ ਸਾਲ ਜਿਸ ਤਰ੍ਹਾਂ ਲੰਗਰ ਲੱਭੀਆ ਸੀਗਾ ਕਬੱਡੀ ਦਾ ਖਿਡਾਰੀ ਸੀਗਾ ਉਸੇ ਤਰ੍ਹਾਂ ਹੀ ਆਪਣਾ ਬੱਚਾ ਵੀ ਜਿਹੜਾ ਸੀਗਾ ਇਹ ਬਹੁਤ ਹੀ ਉੱਚਿਤ ਕੋਟੀ ਦਾ ਖਿਡਾਰੀ ਸੀਗਾ ਹਾਂਜੀ ਜਿਹੜਾ ਨੰਗਲ ਅੰਬੀਆਂ ਸੀਗਾ ਜੀ ਬਾਈ ਉਹ ਵੀ ਸਮਝ ਲਓ ਆਪਣਾ ਹੀਰਾ ਸੀਗਾ ਜੀ ਅਤੇ ਜਿਹੜਾ ਬਾਈ ਸੀਗਾ ਖੇਡ ਚੁੱਕਿਆ ਸੀਗਾ ਹੁਣ ਗੇਮ ਛੱਡੀ ਨੂੰ ਹੋ ਗਈ 6-7 ਸਾਲ ਹੋ ਗਈ ਸਮਝ ਲਓ ਗੇਮ ਤੋਂ ਦੂਰ ਹੀ ਸੀਗਾ ਕੋਚਿੰਗ ਵੀ ਦਿੱਤੀ ਹੈ ਜੀ ਬਹੁਤ ਖਿਡਾਰੀ ਬਣਾਏ ਆ ਜੀ ਅਤੇ ਪਰ ਜਿਹੜਾ ਨੰਗਲ ਅੰਬੀਆਂ ਵਾਲਾ ਮਾਰਿਆ ਸੀ ਉਹ ਬੰਦਾ ਤਾਂ ਆਪਾਂ ਨੂੰ ਸਾਰਿਆਂ ਪਤਾ ਹੀ ਗਰਾਊਂਡ ਦੇ ਵਿੱਚ ਮਾਰਿਆ ਜੀ ਠੀਕ ਹੈ ਜੀ ਜਿਵੇਂ ਆਹ ਸਾਡਾ ਬਾਈ ਮਾਰਿਆ ਇਹਦੀ ਘਰੇ ਮਾਰੇ ਜੀ ਆਹ ਪਰ ਕਈ ਮੀਡੀਆ ਵਾਲਿਆਂ ਨੂੰ ਅਸੀਂ ਬੇਨਤੀ ਵੀ ਕਰਨਾ ਚਾਹੁੰਦੇ ਹਾਂ ਵੀ ਜਿਵੇਂ ਸਾਡਾ ਬਾਈ ਮਾਰਿਆ ਉਹ ਸਾਨੂੰ ਪਤਾ ਪਰਿਵਾਰ 'ਤੇ ਕਿਵੇਂ ਬੀਤਦੀ ਆ ਪਰ ਇਹਨੂੰ ਨੰਗਲ ਅੰਬੀਆਂ ਵਾਲੇ ਕੇਸ ਨਾਲ ਨਾ ਜੋੜਿਆ ਜਾਵੇ ਕਿਉਂਕਿ ਜਿਨ੍ਹਾਂ ਦਾ ਪਰਿਵਾਰ 'ਚੋਂ ਮੈਂਬਰ ਜਾਂਦਾ ਉਹ ਨਹੀਂ ਪਤਾ ਲੱਗਦਾ ਜੀ ਵੀ ਮੈਂਬਰ ਦਾ ਕੀ ਹੁੰਦਾ ਵਿਛੋੜਾ ਜੀ ਪਰ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਜਿੰਨੇ ਮੀਡੀਆ ਵਾਲੇ ਚੈਨਲ ਸਾਨੂੰ ਦੇਖ ਰਹੇ ਆ ਬਈ ਨੰਗਲ ਅੰਬੀਆਂ ਵਾਲੇ ਨਾਲ ਬਾਈ ਗੁਰਪ੍ਰੀਤ ਗੁੰਦ ਨੂੰ ਨਾਲ ਜੋੜਿਆ ਜਾਵੇ ਜੀ ਕੋਈ ਰੰਜਿਸ਼ ਵਗੈਰਾ ਇਹਦੀ ਕੋਈ ਇਸ ਤਰ੍ਹਾਂ ਦੀ ਨਾ ਨਾ ਇਹੋ ਜਿਹਾ ਤਾਂ ਸੁਭਾਅ ਹੈ ਨਹੀਂ ਸੀਗੇ ਬੰਦੇ ਦਾ ਹੁਣ ਹੀਰਾ ਬੰਦਾ ਸੀਗਾ ਸਾਨੂੰ ਪਤਾ ਜੀ ਸਾਡੇ ਪਿੰਡ ਨੂੰ ਕੋਈ ਨਹੀਂ ਜਾਣਦਾ ਸੀਗੇ ਪੱਖਰਵੱਡ ਪਿੰਡ ਕੀ ਹੈ ਜੀ ਜੀਰੋ ਲੈਵਲ ਤੋਂ ਬੰਦਾ ਉੱਠਿਆ ਜੀ ਬਜਣੀ ਕਬੱਡੀ ਖੇਡਿਆ ਉਦੋਂ ਬਾਅਦ ਓਪਨ ਓਪਨ ਤੋਂ ਬਾਅਦ ਫਿਰ ਬਾਹਰ ਵੀ ਖੇਡਣ ਗਿਆ ਜੀ ਅਤੇ ਫਿਰ ਕੋਚਿੰਗ ਵੀ ਦਿੰਦਾ ਰਿਹਾ ਜੀ ਪੱਖਰਵੜ ਦਾ ਨਾਂ ਉਹ ਬੰਦੇ ਨੇ ਚਮਕਾਇਆ ਜੀ ਪਰ ਹੁਣ ਉੱਥੇ ਬਾਹਰ ਕੁਛ ਕੰਮ ਕਰਦਾ ਸੀ ਕਬੱਡੀ ਨਹੀਂ ਸੀ ਨਾ ਕਬੱਡੀ ਨਹੀਂ ਖੇਡਦਾ ਸੀਗੇ ਸਿਰਫ ਆਪਦਾ ਫੈਨਸ ਦਾ ਕੰਮ ਸੀਗੇ ਕੋਚਿੰਗ ਵਗੈਰਾ ਵੀ ਨਹੀਂ ਨਹੀਂ ਬਿਲਕੁਲ ਨਹੀਂ ਜੀ ਬਸ ਹਾਂਜੀ ਠੀਕ ਹੈ